मेरी गल समझ मैं क्या कहना चाहता ये तो हम उत्थे पूछने भी तेरे वो कहने हट नहीं है जी समझ नहीं है क्लीयर तक जी कल एक असी नाका लाया सी अपने इत्थे एल आई सी दफ्तर के लागे थाने दे जिहड़ी अपनी पैंदी पुली पैंदी इत्थे नाके दे एक एक्टिवा आई एक्टिवा ते एक मुंडा सी एक कुड़ी सी उहदे नाल उहदी भैण तो रोके ते रोक के उहनां नूं तलाशी ली ते उहनां दे कोलों कुछ चिट्टा बरामद होया तलाशी तो बाद चिट्टे दे चैक और पुछया भी कित्थों लिआए हो कि इह भी फिर उहनां दे नाल ले के उहनां नूं उहनां दे घर रेड कीती घरों भी फिर उहनां दे होर चिट्टा बरामद होया घर उहदा प्यो भी नाल ही बेचदा सी दोने ये भैन भरा सी प्यो वो घरों बेचदा सी घरों भी फिर उहदे कुछ चिट्टा बरामद कीता सी ये 75 ग्राम होया जी टोटल नकदी हो जी 25,000 दी सर एड्रेस घर दा और इन्हां दा ये इन्हां दा जी अपने ब्लॉक DSW है नी अपने इधर नाल DSW ओ है जी सर इन्हां नाम की है एक दा रिमल है जी जिहड़ा उहनां दा प्यो है मुंडे दा कुड़ी दा नां जी छाया ਮੁੰਡੇ ਦਾ ਨਾਂ ਰੋਕੀ ਹੈ ਜੀ ਸਰ ਇਹ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਕਾਫੀ ਟਾਈਮ ਤੋਂ ਇਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਪਹਿਲਾਂ ਵੀ ਇਹਨਾਂ ਦੇ ਇੱਕ ਮੁੰਡੇ ਦੀ ਵਾਈਫ ਤੇ ਇੱਕ ਇਹਦੀ ਵਾਈਫ ਉਹ ਬਾਹਰ ਸੀ ਉਹ ਸੀ ਨਹੀਂ ਠੀਕ ਹੈ ਕਿਹੜਾ ਪਰਚਾ ਜੀ ਇਹ 22 NDPS ਹੈ ਉਹਨਾਂ ਦਾ ਪੇਸ਼ ਕਰਤੇ ਜੀ ਕਰਨੇ ਅੱਜ ਕਰਨੇ ਜੀ ਕੋਈ ਪੁੱਛਤਾਛ ਕੋਈ ਸਾਹਮਣੇ ਆਈ ਜੀ ਫਿਲਹਾਲ ਕੋਈ ਇਹ ਹੁਣ ਪੁੱਛਤਾਛ ਕਰਾਂਗੇ ਜੀ ਕੋਰਟ ਚ ਪੇਸ਼ ਕਰਕੇ ਰਿਮਾਂਡ ਲੈ ਕੇ ਫਿਰ ਉਮੀਦ ਹੈ ਕੋਈ ਜਗ੍ਹਾ ਹੋਰ ਬਰਾਮਦ ਦੇਖੋ ਜੀ ਇਹ ਤਾਂ ਹੁਣ ਪੁੱਛਗਿਛ ਤੋਂ ਹੀ ਬਾਅਦ ਪਤਾ ਲੱਗੂ ਜੀ ਸਰ ਇਸ ਤੋਂ ਪਹਿਲੇ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਉੱਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚਰਚਾ ਸੀ ਕਿ ਇਹਨਾਂ ਵੱਲੋਂ ਗੁੰਡਾਗਰਦੀ ਵੀ ਕਾਫੀ ਕੀਤੀ ਜਾਂਦੀ ਸੀਗੀ ਮਾਰਕਟਾਈ ਵੀ ਕੁਛ ਇਧਰ ਇਹ ਕੇਸ ਆਏ ਸਾਹਮਣੇ ਜਿਨ੍ਹਾਂ ਦੀ ਇਹ ਵੀਡੀਓ ਵਗੈਰਾ ਖੁਦ ਬਣਾਉਂਦੇ ਸੀਗੇ ਔਰ ਕੁੱਟਦੇ ਵੀ ਸੀਗੇ ਲੋਕਾਂ ਨੂੰ ਇਦਾਂ ਦੇ ਵੀ ਹੈ ਚਰਚਾ ਕੁਛ ਉਹ ਕੁਝ ਪਹਿਲੇ ਕਾਫੀ ਸਾਲ ਪਹਿਲਾਂ ਕੋਈ ਗੱਲ ਹੋਈ ਸੀ ਮੇਰੇ ਤੋਂ ਪਹਿਲਾਂ ਦੀ ਗੱਲ ਪਤਾ ਲੱਗੀ ਹੈ ਕੋਈ ਪਰ ਹਾਲੇ ਮੇਰੇ ਚ ਸਾਡੇ ਹੁੰਦੇ ਤੇ ਕੋਈ ਇਹੋ ਜਿਹੀ ਗੱਲ ਹੋਈ ਨਹੀਂ ਇਹਨਾਂ ਦੀ ਸਾਡੇ ਸਾਹਮਣੇ ਆਈ ਨਹੀਂ ਕੋਈ ਵੀ ਗੱਲ ਪਹਿਲਾਂ ਦਿਨ ਉਹ ਹਿਮਾਚਲ ਵਾਲਾ ਹੀ ਇੱਕ ਮੁਕਦਮਾ ਜਿਹੜਾ ਇਹਨਾਂ ਦੇ ਦੂਜਿਆਂ ਤੇ ਹੈ ਸਰ ਇਦਾਂ ਦਾ ਵੀ ਹੈ ਵੀ ਪੁਲਿਸ ਪਾਰਟੀ ਨਹੀਂ ਕਰਦੀ ਇਹਨਾਂ ਦੇ ਘਰ ਤੇ ਰੇਡ ਕੀਤੀ ਹੈ ਤੇ ਘੇਰਨ ਦੀ ਕੋਸ਼ਿਸ਼ ਕੀਤੀ ਹੈ ਲੋਕਾਂ ਨੇ ਉੱਥੇ ਕੁਝ ਇਦਾਂ ਦਾ ਵੀ ਹੋਇਆ ਕੱਲ ਨਹੀਂ 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 ਇਦਾਂ ਦਾ ਕੁਝ ਨਹੀਂ ਹੋਇਆ ਘੇਰਨ ਘੂਰਨ ਵਾਲੀ ਕੋਈ ਗੱਲ ਨਹੀਂ ਹੋਈ ਠੀਕ ਇੱਕ ਇੱਕ ਕੁੜੀ ਤੇ ਇੱਕ ਮੁੰਡਾ ਇਹਨਾਂ ਦਾ ਇਕੱਠੇ ਹੀ ਉੱਥੇ ਹਿਮਾਚਲ 'ਚ ਫੜੇ ਗਏ ਸੀ ਉਹਨਾਂ ਤੋਂ ਸ਼ਾਇਦ 65 ਗ੍ਰਾਮ ਜਾਂ 80 ਗ੍ਰਾਮ ਫੜਿਆ ਗਿਆ ਸੀ 63.5 ਗ੍ਰਾਮ ਕੁਝ ਹੋਏ ਸੀ 63 ਗ੍ਰਾਮ ਕੁਝ ਸਮਥਿੰਗ ਉਹ ਇਹੋ ਜਿਹਾ ਸੀ ਉਹ ਫੜਿਆ ਗਿਆ ਸੀ ਤਾਂ ਅਸੀਂ ਵੀ ਕਾਫੀ ਟਾਈਮ ਤੋਂ ਇਹਨਾਂ ਦੀ ਸ਼ਿਕਾਇਤਾਂ ਆਉਂਦੀਆਂ ਸੀ ਲੱਗੇ ਹੋਏ ਸੀ ਤਾਂ ਹੁਣ ਇਹ ਜਿਹੜੀ ਕਿਹਾ ਜੀ ਸਰ ਟੋਟਲ ਕਿੰਨਾ ਫੜਿਆ ਜੀ ਕੱਲ ਤੁਸੀਂ ਇਹ 75 ਗ੍ਰਾਮ ਜੀ 75 ਗ੍ਰਾਮ ਕਿਹੜਾ ਮੌਕੇ ਤੋਂ ਜਾਂ ਘਰ ਤੋਂ ਅਲੱਗ-ਅਲੱਗ ਕਿੰਨਾ ਨਹੀਂ ਅਲੱਗ-ਅਲੱਗ ਫੜਿਆ ਜੀ ਘਰ ਤੋਂ ਪਹਿਲਾਂ 20 ਗ੍ਰਾਮ ਫੜਿਆ ਜੀ ਜੀ ਫਿਰ ਘਰ ਤੋਂ ਫੜਿਆ ਜੀ ਇੱਕ ਘਰੋਂ 30 ਗ੍ਰਾਮ ਇੱਕ ਘਰੋਂ 25 ਗ੍ਰਾਮ ਇਹਨਾਂ ਦੇ ਨਾਲ ਨਾਲ ਅਲੱਗ ਅਲੱਗ ਨਾਲ ਨਾਲ ਹੀ ਘਰ ਇਹਨਾਂ ਦੇ ਸਰ ਇਹ ਟੋਟਲ 75 ਗ੍ਰਾਮ ਪਾਉਂਗੇ ਕਿ ਅਲੱਗ ਅਲੱਗ ਪਾਉਂਗੇ ਇਹਨਾਂ ਤਿੰਨਾਂ ਦੇ ਨਹੀਂ ਉਹ 75 ਗ੍ਰਾਮ ਤਿੰਨਾਂ ਤੇ ਜੀ ਹੁਣ ਤਾਂ ਕਰਕੇ ਤਾਂ ਕਾਸਟ ਕਿੰਨੀ ਹੈ ਮਾਰਕੀਟ ਕਾਸਟ ਹੈ ਜੀ ਉਹ ਤਾਂ ਹੁਣ ਜੀ ਪਤਾ ਨਹੀਂ ਜੀ ਸਾਨੂੰ ਕਿੰਨੀ ਹੈ ਇਹਨਾਂ ਨਾਲ ਸੰਬੰਧਿਤ ਕੋਈ ਸਰ ਇਹਨਾਂ ਨਾਲ ਹੋਰ ਸੰਬੰਧਿਤ ਕੋਈ ਬੰਦੇ ਜਿਹੜੇ ਇਸ ਕੰਮ ਨੂੰ ਕਰਦੇ ਉਹ ਅਸੀਂ ਹੁਣ ਤਫਤੀਸ਼ ਕਰਕੇ ਉਹ ਪਤਾ ਕਰਾਂਗੇ ਜੀ ਕਿੱਥੋਂ ਅੱਗੇ ਕਿੱਥੋਂ ਲੈਂਦੇ ਉਹ ਅਸੀਂ ਫਿਰ ਉਹਦੇ ਵਿੱਚ ਪਾਵਾਂਗੇ ਸਰ ਪਰਿਵਾਰ ਦੇ ਕਿੰਨੇ ਮੈਂਬਰ ਹੈ ਸਾਰਿਆਂ ਤੇ ਪਰਚਾ ਹੋ ਜਾਂ ਕੋਈ ਨਹੀਂ ਸਾਡੇ 3 ਮੈਂਬਰਾਂ ਤੇ ਅਸੀਂ ਕੀਤਾ ਇਹ ਕੋ ਮੁੰਡੇ ਦੀ ਵਾਈਫ ਤੇ ਇਹ ਕਿਹਦੀ ਵਾਈਫ ਉਹ ਬਾਹਰ ਸੀ ਉਹ ਸੀ ਨਹੀਂ ਠੀਕ ਕਿਹੜਾ ਪਰਚਾ ਜੀ ਇਹ 22 NDPS ਹੈ ਬਾਅਦ ਪਤਾ ਲੱਗੂ ਸਰ ਇਸ ਤੋਂ ਪਹਿਲੇ ਵੀ ਕੋਈ ਮਾਮਲੇ ਦਰਜ ਹੈ ਇਹਨਾਂ ਦੇ ਉੱਤੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਚਰਚਾ ਸੀ